ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦੇ ਪਿੰਡ ਮਹਾਦੀਆਂ ਵਿਖੇ ਇੱਕ ਕਰਿਆਨੇ ਦੀ ਦੁਕਾਨ ਵਿੱਚ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਨੇ ਕਿ ਇੱਕ ਗਰੀਬ ਪਰਿਵਾਰ ਦੀ ਛੋਟੀ ਜਿਹੀ ਦੁਕਾਨ ਨੂੰ ਵੀ ਨਹੀਂ ਬਖਸ਼ਿਆ। ਉਸੇ ਦੁਕਾਨ ਦੇ ਜ਼ਰੀਏ ਉਹ ਆਪਣੇ ਮਾਂ ਬਾਪ ਦਾ ਪੇਟ ਭਰ ਰਿਹਾ ਸੀ, ਜੋ ਚੋਰਾਂ ਤੋਂ ਸ਼ਾਇਦ ਨਾ ਜਰਿਆ ਗਿਆ। ਹਜ਼ਾਰਾਂ ਰੁਪਏ ਦਾ ਸਮਾਨ ਲੈ ਕੇ ਹੋਏ ਰਫੂ ਚੱਕਰ। ਦੁਕਾਨ ਮਾਲਕ ਗਗਨਦੀਪ ਸ਼ੁਕਲਾ ਨੇ ਦੱਸਿਆ ਕਿ ਕੱਲ੍ਹ ਰਾਤ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਬਸੀ ਪਠਾਣਾ ਪਰਤ ਚੁੱਕੇ ਸਨ ਕਿ ਸਵੇਰੇ ਤੜਕੇ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਦੋਂ ਉਹਨਾਂ ਆਪਣੀ ਦੁਕਾਨ 'ਤੇ ਆ ਕੇ ਵੇਖਿਆ ਤਾਂ ਦੁਕਾਨ ਵਿੱਚ ਪਿਆ 10,000 ਕੈਸ਼, ਕੁਝ ਮੋਬਾਈਲ, ਕਰਿਆਨੇ ਦਾ ਸਮਾਨ ਅਤੇ ਮੋਬਾਈਲ ਅਸੈਸਰੀ ਗਾਇਬ ਸੀ, ਜਿਸ ਦੀ ਸੂਚਨਾ ਥਾਣਾ ਫਤਿਹਗੜ੍ਹ ਸਾਹਿਬ ਨੂੰ ਦੇ ਦਿੱਤੀ ਗਈ ਹੈ। ਗਗਨਦੀਪ ਸ਼ੁਕਲਾ, ਜੋ ਕਿ ਬਸੀ ਪਠਾਣਾ ਦੇ ਰਹਿਣ ਵਾਲੇ ਹਨ, ਉਹਨਾਂ ਦੱਸਿਆ ਕਿ ਪਿਛਲੇ 2 ਸਾਲ ਪਹਿਲਾਂ ਵੀ ਦੁਕਾਨ ਵਿੱਚ ਚੋਰੀ ਹੋਈ ਸੀ, ਜਿਸ ਕਾਰਨ 90,000 ਦਾ ਨੁਕਸਾਨ ਹੋਇਆ ਸੀ। ਹਾਲੇ ਤੱਕ ਉਸ ਦੀ ਭਰਪਾਈ ਵੀ ਨਹੀਂ ਹੋਈ ਸੀ ਕਿ ਫਿਰ ਤੋਂ ਚੋਰੀ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਮਹੀਨਿਆਂ ਵਿੱਚ ਹੀ ਕਿੰਨੀ ਵਾਰ ਚੋਰੀ ਹੋ ਚੁੱਕੀ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਸੰਬੰਧੀ ਜਦੋਂ ਥਾਣਾ ਮੁਖੀ SHO ਰੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੌਕੇ ਦਾ ਜਾਇਜ਼ਾ ਲੈ ਲਿੱਤਾ ਗਿਆ ਹੈ, ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਅਤੇ ਨਾਲ ਹੀ ਚੋਰਾਂ ਨੂੰ ਜਲਦ ਤੋਂ ਜਲਦ ਫੜ ਕੇ ਜੇਲ੍ਹ ਦੀ ਹਵਾ ਖਿਲਾਉਣ ਦੀ ਗੱਲ ਆਖੀ। ਕੀ ਨਾਮ ਹੈ ਜੀ ਤੁਹਾਡਾ? ਗਗਨਦੀਪ ਸ਼ੁਕਲਾ ਜੀ। ਗਗਨਦੀਪ ਸ਼ੁਕਲਾ, ਕੀ ਮਾਮਲਾ ਕੀ ਹੈਗਾ ਜੀ? ਅਤੇ ਰਾਤ ਆਪਣੀ ਕਰਿਆਨੇ ਦੁਕਾਨ ਹੋ ਰਹੀ, ਰਾਤੀ ਮੈਂ 8:30 ਵਜੇ ਬੰਦ ਕਰਕੇ ਗਿਆ ਜਦੋਂ ਜੀ, ਤਾਂ ਮੈਨੂੰ ਸਵੇਰੇ 6:30 ਵਜੇ ਮੈਂ ਹੋਸਪਿਟਲ ਡਿਊਟੀ ਕਰਦਾ, ਉੱਥੇ ਫੋਨ ਆਇਆ ਕਿ ਪਿੰਡ ਦੇ ਬੰਦੇ ਦਾ ਕਿ ਗਗਨ ਤੇਰੇ ਦੁਕਾਨ ਦੇ ਸ਼ਟਰ ਟੁੱਟ ਗਿਆ, ਤਾਲੇ ਤੋੜੇ ਵੇ ਹੈ ਅਤੇ ਚੋਰੀ ਹੋ ਗਈ ਦੁਕਾਨ 'ਤੇ ਆ ਕੇ ਫਟਾਫਟ ਦੇਖ ਆ ਕੇ, ਅਤੇ ਉਹ ਜਦੋਂ ਮੈਂ ਆਇਆ ਦੇਖਿਆ ਤਾਂ ਸ਼ਟਰ ਪੱਟਿਆ ਹੋਇਆ ਸੀ ਜੀ, ਅਤੇ ਅੰਦਰ ਆ ਕੇ ਝਾਤੀ ਮਾਰੀ ਤਾਂ ਸਾਰਾ ਸਮਾਨ ਖਿੰਡਾ ਪਿਆ ਸੀ ਜੀ। ਮੇਰੇ ਸਭ ਤੋਂ ਪਹਿਲਾਂ ਮੈਂ ਦੇਖਿਆ ਆਪਣੇ ਮੋਬਾਈਲ, ਤਾਂ ਮੋਬਾਈਲ ਉੱਥੋਂ ਚੋਰੀ ਸੀ ਜੀ। ਉਹਦੇ ਨਾਲ ਮੋਬਾਈਲ ਸੀਗੇ? ਮੋਬਾਈਲ 5 ਸੀ ਜੀ। ਜੀ, ਨਵੇਂ ਕਿ ਪੁਰਾਣੇ? 3 ਪੀਸ ਨਵੇਂ ਸੀ ਜੀ ਉਹਦੇ ਜੀ, ਅਤੇ 2 ਮੇਰੇ ਡੈਮੋ ਸੀ ਮੋਬਾਈਲ ਜਿਹੜੇ ਮੈਂ ਰੀਚਾਰਜ ਕਰਦਾ ਸੀ। ਕਿੰਨੀ ਕੁ ਅਮਾਊਂਟ ਹੋਊਗੀ ਮੋਬਾਈਲਾਂ ਦੀ? 5,000 ਦੇ। ਅਤੇ ਕੈਸ਼ ਕਿੰਨਾ ਕੁ ਹੈਗਾ? ਕੈਸ਼ ਮੇਰਾ 6,000 ਕੈਸ਼ ਪਿਆ ਸੀ, ਜਿਹੜਾ ਮੈਂ ਸਵੇਰੇ ਪੇਮੈਂਟ ਕਰਨੀ ਸੀ ਰੀਚਾਰਜ ਦੀ ਜੀ। ਅਤੇ ਭਾਣ ਪਈ ਸੀ ਮੇਰੀ ਜੀ, ਠੀਕ ਹੈ, 6,000 ਦੀ ਜੀ। ਅਤੇ ਇਸ ਮੋਬਾਈਲ ਅਸੈਸਰੀਆਂ ਸੀ ਮੇਰੀਆਂ, ਪੈਨ ਡਰਾਈਵ ਇਹਦੇ ਟੰਗੀਆਂ ਸੀ ਸਾਰੀਆਂ ਜੀ, ਉੱਪਰ ਪੈਨ ਡਰਾਈਵ, ਮੈਮਰੀ ਕਾਰਡ, USB ਕੇਬਲ, ਚਾਰਜਰ ਨਵੇਂ ਜੀ, ਇਹ ਸਾਰੇ ਮੇਰੇ ਲੈ ਗਏ। ਅਤੇ ਕਰਿਆਨੇ ਦਾ ਸਮਾਨ? ਕਰਿਆਨੇ ਦਾ ਸਮਾਨ ਸੀ ਮੇਰਾ, ਕਾਫੀ ਨੁਕਸਾਨ ਕਰਕੇ ਚੋਰ। ਅਤੇ ਪੁਲਿਸ ਕੰਪਲੇਂਟ ਕਰਵਾਈ ਹੈ? ਹਾਂਜੀ, ਪੁਲਿਸ ਕੰਪਲੇਂਟ ਕਰਾਤੀ ਸਵੇਰੇ ਮੈਂ ਜੀ SHO ਮਨਮੋਹਨ ਸਿੰਘ ਜੀ ਕੋਲ। ASI? ਹਾਂਜੀ ਜੀ। ਅਤੇ ਇੱਥੇ ਮੌਕਾ ਦੇਖਣ ਆਏ ਸੀ? ਹਾਂਜੀ, ਮੌਕਾ ਦੇਖ ਗਏ ਜੀ ਉਹ ਜੀ, ਉਹ ਕਹਿੰਦੇ ਜਾਂਚ ਪੜਤਾਲ ਕਰਦੇ ਹਾਂ ਬਾਕੀ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਰਾਜਵੀਰ ਸਿੰਘ ਹੈ ਜੀ। ਰਾਜਵੀਰ ਸਿੰਘ, ਕਿੰਨੀਆਂ ਮੈਸਾਂ ਚੋਰੀਆਂ ਹੋਈਆਂ? 7 ਮੱਝਾਂ ਲੈ ਗਏ ਜੀ ਮੇਰੀਆਂ। ਕਦ ਦੀ ਗੱਲ ਹੈਗੀ ਹੈ ਇਹ? ਜੀ 2 ਸਾਲ ਹੋ ਗਏ ਜੀ। 2 ਸਾਲ ਹੋ ਗਏ। ਪੁਲਿਸ ਕੰਪਲੇਂਟ ਕਰਵਾਈ ਸੀ? ਕਰਵਾਈ ਸੀਗੀ ਜੀ। ਅਤੇ ਕੋਈ ਪਤਾ ਲੱਗਿਆ ਹੁਣ ਤੱਕ? ਨਹੀਂ ਜੀ, ਬਸ ਇੱਕ ਵਾਰ ਮੌਕਾ ਦੇਖ ਕੇ ਮੁੜ ਕੇ ਕੋਈ ਨਹੀਂ ਆਇਆ ਜੀ। ਜੀ, ਅਤੇ ਹੋਰ ਵੀ ਕੋਈ ਚੋਰੀਆਂ ਹੋਈਆਂ ਇੱਥੇ? ਹਾਂ ਜੀ, ਅਜੇ ਹੁਣ ਹੋ ਕੇ ਸਾਡੀ ਜੀ ਤਕਰੀਬਨ ਸਭਾ ਵਾਲੀ 20 ਤਰੀਕ ਨੂੰ ਜੀ, ਜਿਹੜਾ 12ਵਾਂ ਮਹੀਨਾ ਜੀ, 19, 20, 21, ਇਹਦੇ 3 ਦਿਨਾਂ ਦੇ ਵਿੱਚ ਚੋਰੀ ਹੁੰਦੀ ਹੁੰਦੀ ਹੈ ਜੀ। ਐਤਕੀ ਉਹੀ ਤਰੀਕਾਂ ਦੇ ਵਿੱਚ ਬੈਟਰੇ ਖੁੱਲ੍ਹੇ ਜੀ ਮੇਰੇ ਘਰ ਦੇ ਮੂਹਰੇ 'ਤੇ ਜੀ, ਅਤੇ ਪਿਛਲੇ ਸਾਲ ਮੇਰੇ 2 ਸਾਲ ਪਹਿਲਾਂ ਮੇਰੀਆਂ ਮੱਝਾਂ ਲੈ ਗਏ ਤੇ ਜੀ, ਅਤੇ ਐਤਕੀ ਮੜੀਆਂ ਦਾ ਗੇਟ ਲੈ ਗਏ ਜੀ, 2 ਮੋਟਰਾਂ ਲੈ ਗਈ ਸਮਰਸੀਬਲ, ਬੱਚਿਆਂ ਦੇ ਗਰਾਊਂਡ 'ਚ ਮੋਟਰ ਲਾਈ ਵੀ ਤੀ ਜੀ, ਉਹਨਾਂ ਨੇ ਦਰਖਤ ਲਾਇਆ ਪਾਣੀ ਪਾਉਣ ਵਾਸਤੇ, ਅਤੇ ਉਹ ਵੀ ਮੋਟਰ ਕੱਢ ਕੇ ਲੈ ਗਏ ਜੀ ਸਮਰਸੀਬਲ। ਚੌਂਕੀਦਾਰ ਵਗੈਰਾ ਰੱਖਿਆ ਹੋਇਆ ਹੈਗਾ ਉਰੇ? ਚੌਂਕੀਦਾਰ ਹੈਗਾ ਜੀ, ਚੌਂਕੀਦਾਰ ਤਾਂ ਜਿਹੜਾ ਸਰਕਾਰੀ ਹੁੰਦਾ ਉਹ ਵੀ ਹੈਗਾ ਜੀ, ਬਾਕੀ ਇੱਕ ਪ੍ਰਾਈਵੇਟ ਦਾ ਉਹਦੀ ਡੈਥ ਹੋ ਗਈ ਜੀ। ਅਤੇ ਰਾਤ ਨੂੰ ਕੋਈ ਪੁਲਿਸ ਗਸ਼ਤ ਵਗੈਰਾ ਕਰਦੀ ਹੈ ਉਰੇ? ਗਸ਼ਤ ਨਹੀਂ, ਕਦੇ ਦੇਖੀ ਤਾਂ ਹੈ ਨਹੀਂ, ਕਿਤੇ ਹੋ ਆਉਂਦੇ ਹੋਣੇ ਇੱਕ ਅੱਧੀ ਵਾਰ ਜੀ। ਕੀ ਮਾਮਲਾ ਹੈਗਾ ਸਰ? ਇਹ ਮਹਦੀਆਂ ਪਿੰਡ ਇੱਕ ਦੁਕਾਨ ਦੇ ਵਿੱਚ ਚੋਰੀ ਕਰਨ ਦਾ ਇਨਫੋਰਮੇਸ਼ਨ ਸਾਨੂੰ ਆਈ ਸੀ, ਸਾਡੇ ਕੋਲੋਂ ਮੌਕਾ ਮੁਲਾਜ਼ਾ ਕੀਤਾ ਗਿਆ ਉੱਥੇ। ਇਹ ਲੜਕਾ ਹੈ ਜੋ ਗਗਨ, ਇਹ ਬਸੀ ਪਠਾਣੇ ਦੇ ਰਹਿਣ ਵਾਲਾ ਹੈ, ਅਤੇ ਇੱਥੇ ਮੋਬਾਈਲ ਅਤੇ ਕਰਿਆਨੇ ਦਾ ਦੁਕਾਨ ਕਰਦਾ ਇੱਥੇ। ਇੱਥੋਂ ਰਾਤ ਸਮੇਂ ਅਤੇ ਮਤਲਬ ਨਮਕੀਨ ਵਗੈਰਾ ਚੋਰੀ ਹੋਈ ਹੈ ਇੱਕ, ਇੱਥੇ 2 ਮੋਬਾਈਲ ਚੋਰੀ ਇਨਫੋਰਮੇਸ਼ਨ। ਅਤੇ ਇਸ ਬੰਦੇ ਦੱਸਿਆ ਵੀ ਮੇਰੀ ਭਾਣ ਪਈ ਸੀ ਇੱਥੇ, ਆਪਣਾ ਜੋ ਇਕੱਠੀ 2-4 ਰੁਪਏ ਜੋ ਭਾਣ ਹੁੰਦੀ ਹੈ ਪੈਸਿਆਂ ਦੀ ਜੀ, ਉਹ ਵੀ ਚੱਕ ਲੈ ਗਏ ਜੀ। ਬਾਕੀ ਅਸੀਂ ਪਰਚਾ ਦਰਜ ਕਰਤਾ, ਅਗਲੀ ਤਫਤੀਸ਼ ਅਸੀਂ ਕਰ ਰਹੇ ਹਾਂ, ਜਲਦ ਅਸੀਂ ਗ੍ਰਿਫਤਾਰ ਕਰਾਂਗੇ ਜੀ। ਆਈਡੈਂਟੀਫਾਈ ਕਰ ਰਹੇ ਹਾਂ, ਲੋਕੇਸ਼ਨ ਚੈੱਕ ਕਰ ਰਹੇ ਹਾਂ। ਠੀਕ ਹੈ ਸਰ।